मानसा विच नरमे दी खेती करन वाले ज्यादातर किसान अपनी मेहनत नूं चिट्टी मक्खी दे हत्थों उजड़दा देख रहे ने। इस नूं लैके पंजाब दे खजाना मंत्री मनप्रीत सिंह बादल ने एक अहम बयान दिता है। उन्होंने कहा कि किसानां नूं परेशान होण दी जरूरत नहीं है। मनप्रीत बादल मुताबिक मानसा दे कुछ हिस्सों विच ही इसका प्रकोप है। बठिंडा का दौरा कर रहे मनप्रीत सिंह बादल ने यह भी कहा कि खेतीबाड़ी माहिरां दी एक टीम चिट्टी मक्खी तों प्रभावित खेतरां दा दौरा कर रही है तां जो किसानां नूं नुकसान तों बचाया जा सके। इस दौरान विकास बारे पूछे गए तिखे सवालों का सामना कर रहे मनप्रीत बादल ने जवाब दे दिता। पत्रकारों नूं सिख्या देने की कोशिश की। ਚਿੱਟੇ ਮੱਛਰ ਦਾ ਕੋਈ ਐਸਾ ਹਮਲਾ ਨਹੀਂ ਹੈ ਜਿਹੜਾ ਕਿ ਕਾਬੂ ਚ ਨਹੀਂ ਪਾਇਆ ਜਾ ਸਕਦਾ, ਔਰ ਇਹ ਹਰ ਸਾਲ ਵਾਂਗ ਕੋਈ ਪਰ ਇਸ ਵੇਲੇ ਐਪੀਡੈਮਿਕ ਨਹੀਂ ਹੈ। ਮੈਂ ਖੁਦ ਖੇਤੀ ਕਰਦਾ, ਨਰਮੇ ਦੀ ਖੇਤੀ ਕਰਦਾ, ਸਾਡੇ ਇਲਾਕੇ 'ਚ ਬਿਲਕੁਲ ਨਹੀਂ ਹੈ, ਮਾਨਸ ਅਬੋਹਰ ਇਲਾਕੇ 'ਚ ਨਹੀਂ ਹੈ, ਥੋੜ੍ਹਾ ਬਹੁਤ ਮਾਨਸੇ ਦੇ ਇਲਾਕੇ 'ਚ ਹੈ, ਔਰ ਉੱਥੇ ਵੀ ਇਹਨੂੰ ਕਾਬੂ 'ਚ ਅਸੀਂ ਲੈ ਲਾਂਗੇ। ਕੋਈ ਮੈਨੂੰ ਇਹ ਚਿੰਤਾ ਜਿਹੜੀ ਹੈ ਇਸ ਗੱਲ ਦੀ ਐਡੀ ਵੱਡੀ ਨਹੀਂ, ਜਾਂ ਗਵਰਨਮੈਂਟ ਦੇ ਜਿਹੜੇ ਸ਼ਹਿਰ ਹੈ ਉਹ ਬਰੋਬਰ ਪੈ ਰਹੇ ਔਰ ਚੱਲ ਰਹੇ। ਮੈਂ ਤੁਹਾਨੂੰ ਵੀ ਦਰਖਾਸਤ ਕਰਾਂਗਾ ਤੁਸੀਂ ਕੋਈ ਸਵਾਲ ਜਾਂ ਕਰੋ ਚੱਲਦੇ ਹੈ, ਕਿਉਂਕਿ ਤੁਸੀਂ ਜਰਨਲਿਜ਼ਮ ਦੇ ਵਿੱਚ ਬਹੁਤ ਸਾਰਿਆਂ ਨੇ ਅੱਗੇ ਆਉਣਾ ਹੈ। ਪਹਿਲਾਂ ਮਨ 'ਚ ਸਵਾਲ, ਅੱਛੇ ਸਵਾਲ ਘੜ ਕੇ ਲਿਆਇਆ ਕਰੋ, ਮੌਕੇ ਦੇ ਸਵਾਲ ਨਾ, ਮਤਲਬ ਜਿਹੜਾ ਮੌਕੇ, ਕਿਉਂਕਿ ਹੁਣ ਮੌਕੇ ਦੇ ਇੱਕ ਸਵਾਲ ਪੁੱਛਣਾ।